ਅਜੀਤ ਵੈਬ ਟੀਵੀ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਦੋਸਤੋ, ਮੈਂ ਹਾਂ ਸਵਰਨ ਸਿੰਘ ਟਹਿਣਾ ਅਤੇ ਹਰ ਹਫ਼ਤੇ ਦੀ ਤਰ੍ਹਾਂ ਹੀ ਪ੍ਰੋਗਰਾਮ ਦਰਦ 47 ਦਾ ਲੈ ਕੇ ਹਾਜ਼ਰ ਹਾਂ। ਅਸੀਂ ਇਸ ਪ੍ਰੋਗਰਾਮ ਦੇ ਤਹਿਤ ਅੱਜ ਪਹੁੰਚੇ ਹੋਏ ਹਾਂ ਅੰਮ੍ਰਿਤਸਰ ਜ਼ਿਲ੍ਹੇ ਦੇ ਪਿੰਡ ਬੂਆ ਨੰਗਲੀ ਦੇ ਵਿੱਚ। ਇੱਥੇ ਦੋ ਸਕੇ ਭਰਾ ਰਹਿੰਦੇ ਨੇ, ਸਵਰਨ ਸਿੰਘ ਅਤੇ ਕਰਮ ਸਿੰਘ। ਸਵਰਨ ਸਿੰਘ ਦੀ ਉਮਰ ਹੈ ਲਗਭਗ 85 ਸਾਲ। ਇਹ ਲਾਹੌਰ ਜ਼ਿਲ੍ਹੇ ਦੇ ਵਿੱਚ ਰਹਿੰਦੇ ਸਨ ਅਤੇ ਉੱਥੇ ਇਹਨਾਂ ਦਾ ਪਿੰਡ ਸੀ ਕੋਰੀਆਂ। ਜਦੋਂ ਵੰਡ ਹੋਈ ਤਾਂ ਇਹਨਾਂ ਨੂੰ ਆਪਣਾ ਸਾਰਾ ਕੁਝ ਛੱਡ ਕੇ ਇਧਰਲੇ ਪਾਸੇ ਆਉਣਾ ਪਿਆ। ਹਾਲਾਂਕਿ ਸਰਹੱਦ ਦੇ ਬਹੁਤਾ ਦੂਰ ਨਹੀਂ, ਸਗੋਂ ਜਿੱਥੇ ਇਹ ਹੁਣ ਵੱਸਦੇ ਨੇ ਇੱਥੋਂ ਕੋਈ ਬਹੁਤਾ ਲੰਮਾ ਪਿੰਡ ਆ ਵੀ ਨਹੀਂ, ਥੋੜ੍ਹੇ ਜਿਹੇ ਪਿੰਡ ਦੇ ਉੱਤੇ ਇਹਨਾਂ ਦੀ ਗੱਲ ਸੀ। ਇਸ ਕਰਕੇ ਇਹਨਾਂ ਨੇ ਜਿੰਨਾ ਕੁ ਕੁਝ ਆਪਣੇ ਤਨ ਦੇ ਉੱਤੇ ਮਨ ਦੇ ਉੱਤੇ ਹੰਡਾਇਆ ਉਹ ਆਪਣੇ ਜ਼ੁਬਾਨੀ ਦੱਸਣਗੇ। ਪਰ ਇਹਨਾਂ ਨੇ ਇਸ ਗੱਲਬਾਤ ਤੋਂ ਪਹਿਲਾਂ ਜੋ ਜੋ ਕੁਝ ਮੈਨੂੰ ਦੱਸਿਆ ਉਸ ਗੱਲਬਾਤ ਦੇ ਵਿੱਚੋਂ ਮੈਂ ਇਹ ਜ਼ਰੂਰ ਸਿੱਟਾ ਕੱਢਿਆ ਕਿ ਇਹ ਲੋਕ ਬੜੇ ਮਿਹਨਤ ਵਾਲੇ ਨੇ। ਇਹਨਾਂ ਲੋਕਾਂ ਦੇ ਵੱਲੋਂ ਇੰਨੀ ਕੁ ਮੁਸ਼ਕਤ ਕੀਤੀ ਗਈ ਕਿ ਆਪਣਾ ਸਾਰਾ ਕੁਝ ਘਰ ਬਾਰ ਗੁਆ ਕੇ ਫਿਰ ਨਵੇਂ ਸਿਰੇ ਤੋਂ ਆਪਣੀ ਜ਼ਿੰਦਗੀ ਦੀ ਸ਼ੁਰੂਆਤ ਕੀਤੀ ਗਈ। ਜ਼ਿੰਦਗੀ ਦੇ ਵਿੱਚ ਖੁਸ਼ੀਆਂ ਖੇੜੇ ਲਿਆਂਦੇ ਗਏ, ਆਪਣੇ ਪਰਿਵਾਰ ਨੂੰ ਪਾਲਿਆ ਗਿਆ ਅਤੇ ਮੁੜ ਜ਼ਮੀਨਾਂ ਵਾਲੇ, ਮੁੜ ਟਰੈਕਟਰਾਂ ਵਾਲੇ, ਮੁੜ ਘਰਾਂ ਵਾਲੇ ਲੋਕ ਬਣੇ ਨੇ। ਇਹਨਾਂ ਦੀ ਮਿਹਨਤ ਨੂੰ ਸਲਾਮ ਹੈ ਅਤੇ ਗੱਲਬਾਤ ਕਰਦੇ ਹਾਂ ਬਾਪੂ ਸਵਰਨ ਸਿੰਘ ਹੋਰਾਂ ਦੇ ਨਾਲ। ਬਾਪੂ ਜੀ, ਅਸੀਂ ਤੁਹਾਡਾ ਪਹਿਲਾਂ ਤਾਂ ਸਵਾਗਤ ਕਰਦੇ ਹਾਂ ਅਜੀਤ ਵੈਬ ਟੀਵੀ 'ਤੇ। ਬਾਪੂ ਜੀ, ਪਹਿਲੀ ਗੱਲ ਮੈਂ ਇਹੀ ਪੁੱਛਣੀ ਚਾਹਾਂਗਾ ਕਿ ਤੁਸੀਂ ਲਾਹੌਰ ਜ਼ਿਲ੍ਹੇ ਦੇ ਪਿੰਡ ਕੋਰੀਆਂ ਦੇ ਵਾਸੀ ਸੀ। ਮੈਂ ਇਸ ਕਰਕੇ ਕਹਿਣਾ ਕਿ ਬੰਦਾ ਇੱਕ ਦਿਨ ਦੇ ਲਈ ਵੀ ਆਪਣੇ ਘਰ ਦੇ ਵਿੱਚੋਂ ਬਾਹਰ ਆਇਆ ਹੋਵੇ ਉਹਦੇ ਮਨ ਦੇ ਵਿੱਚ 100 ਤਰ੍ਹਾਂ ਦੇ ਸਵਾਲ ਹੁੰਦੇ ਨੇ। ਪਤਾ ਨਹੀਂ ਕੋਈ ਚੋਰ ਨਾ ਆ ਜਾਵੇ, ਪਤਾ ਨਹੀਂ ਸਾਡੀਆਂ ਚੀਜ਼ਾਂ ਬਚੀਆਂ ਰਹਿਣਗੀਆਂ ਜਾਂ ਨਹੀਂ, ਕੋਈ ਚੱਕ ਕੇ ਨਾ ਲੈ ਜਾਵੇ। ਪਰ ਹਮੇਸ਼ਾ ਲਈ ਤੁਹਾਨੂੰ ਆਪਣਾ ਘਰ ਬਾਰ ਛੱਡਣਾ ਪੈ ਗਿਆ। ਕੋਰੀਆਂ ਪਿੰਡ ਦੇ ਵਿੱਚ ਕਿੰਨਾ ਕੁ ਤੁਹਾਡਾ ਤਾਲਮੇਲ ਸੀ ਲੋਕਾਂ ਦੇ ਨਾਲ, ਕਿੰਨੀ ਕੁ ਤੁਹਾਡੀ ਪਰਿਵਾਰਕ ਸਾਂਝ ਸੀ ਆਂਢ ਗੁਆਂਢ ਦੇ ਨਾਲ, ਅਤੇ ਜਦੋਂ ਤੁਸੀਂ ਛੱਡਿਆ ਉਸ ਪਿੰਡ ਨੂੰ ਮਜਬੂਰੀ ਦੇ ਵਿੱਚ, ਉਦੋਂ ਮਨ ਦੇ ਉੱਤੇ ਕੀ ਕੁਝ ਬੀਤਿਆ? ਜੀ, ਉਸ ਵੇਲੇ ਜਿਹੜੇ ਮੁਸਲਮਾਨ ਸੀ ਉਹ ਸਾਡਾ ਬੜਾ ਸਵਾਗਤ ਕਰਦੇ। ਅੱਛਾ ਜੀ। ਮੁਸਲਮਾਨ ਤਾਂ ਸਾਡੇ ਕੋਲ ਤਾਂ ਹੀ ਮਾਰਦੇ ਰਹਿੰਦੇ, ਇਹ ਆਂਢ ਗੁਆਂਢ ਜਿਹੜਾ ਉਹ ਸਾਡੇ ਨਾਲ ਬੜਾ ਰਸੂਖ ਰੱਖਦੇ, ਅਤੇ ਉਸ ਵੇਲੇ ਤਾਂ ਅਸੀਂ ਉਹਨਾਂ ਨੂੰ ਇਹੋ ਜਾਂਦੇ ਹਾਂ ਵੀ ਅਸੀਂ ਭੜਕੇ ਆ ਜਾਣਾ, ਪਰਸੋਂ ਆ ਜਾਣਾ, ਕੋਈ ਗੱਲ ਨਹੀਂ ਅਸੀਂ ਛੇਤੀ ਆ ਜਾਣਾ, ਅਤੇ ਇਸ ਕਰਕੇ ਸਾਨੂੰ ਕੁਛ ਛੱਡਣਾ ਪਿਆ, ਮਜਬੂਰੀ ਕਰਕੇ ਛੱਡਣਾ ਪਿਆ। ਸਾਡਾ ਜਿਹੜਾ ਬੰਦੇ ਸੀ ਸਵੇਰ ਦੇ ਥਾਣੇ ਗਏ, ਥਾਣੇਦਾਰ ਨੇ ਸਾਨੂੰ ਸੱਦਿਆ ਸੀ, ਥਾਣੇਦਾਰ ਸਾਡੀ ਮਦਦ ਕਰਦਾ ਸੀ, ਅਤੇ ਥਾਣੇਦਾਰ ਨੇ ਸਾਨੂੰ ਸੱਦਿਆ ਸੀ ਵੀ ਆਓ ਤੁਸੀਂ। ਹੋਰ ਲੋਕ ਬੜੇ ਮੁਸਲਮਾਨ ਬੈਠੇ ਸੀ ਬਰਕੀ ਥਾਣੇ ਬਹੁਤ ਜ਼ਿਆਦਾ, ਉਹ ਉਸ ਵੇਲੇ ਮਜਬੂਰੀ ਕਰਕੇ ਉਹਨੇ ਆਖਿਆ ਵੀ ਅੱਜ ਤੁਸੀਂ ਬਾਹਰ ਨਿਕਲ ਜਾਓ, ਅਤੇ ਨਹੀਂ ਤਾਂ ਸਾਰਾ ਜਿਹੜਾ ਮਸਲਾ ਕਿਹਾ ਸਾਰੇ ਤੁਹਾਡੇ ਪਿੰਡ 'ਤੇ ਹੱਲਾ ਬੋਲ ਦੇਣਾ, ਅਤੇ ਤੁਸੀਂ ਮੇਰੇ ਹੁੰਦਿਆਂ ਹੁੰਦਿਆਂ ਨਿਕਲ ਜਾਓ। ਮੇਰਾ ਬਿਸਤਰਾ ਵੱਜਾ, ਮੇਰਾ ਬਿਸਤਰਾ ਸਤਰ ਮੈਨੂੰ ਬਦਲੀ ਹੋ ਗਈ ਹੈ, ਅਤੇ ਮੈਂ ਤੁਹਾਡੀ ਰਾਖੀ ਕਰ ਸਕਿਆ ਜਿੰਨਾ ਮੇਰੇ ਕੋਲ ਹੋ ਸਕਿਆ, ਅਤੇ ਤੁਸੀਂ ਹੁਣ ਇੱਥੋਂ ਚਲੇ ਜਾਓ। ਅਸੀਂ ਫਿਰ ਉਸ ਵੇਲੇ ਅਸੀਂ ਬਿਸਤਰਾ ਵੱਧਾ, ਲੋਕਾਂ ਨੇ ਗੰਢਾਂ ਵੱਧੀਆਂ ਛੱਡ ਦਿੱਤੀਆਂ, ਉੱਥੇ ਜੋ ਸਮਾਨ ਸੀ ਉਹ ਛੱਡਿਆ ਸੀ ਉੱਥੇ, ਛੱਡ ਕੇ ਅਸੀਂ ਆ ਗਏ। ਅਤੇ ਬਾਪੂ ਜੀ, ਤੁਸੀਂ ਇਹ ਗੱਲ ਕਹਿ ਰਹੇ ਹੋ ਕਿ ਮੁਸਲਿਮ ਭਾਈਚਾਰੇ ਦੇ ਲੋਕ ਸੀ ਜਿਹੜੇ, ਉਹਨਾਂ ਨਾਲ ਤੁਹਾਡੀ ਬੜੀ ਮੁਹੱਬਤ ਸੀਗੀ, ਬੜਾ ਤੁਹਾਡਾ ਪਿਆਰ ਸੀਗਾ ਉਹਨਾਂ ਦੇ ਨਾਲ। ਜਦੋਂ ਤੁਹਾਡੀ ਉਹਨਾਂ ਦੇ ਨਾਲ ਇੰਨੀ ਮੁਹੱਬਤ ਸੀ ਤਾਂ ਫਿਰ ਜਿਵੇਂ ਤੁਹਾਨੂੰ ਥਾਣੇਦਾਰ ਨੇ ਇਹ ਗੱਲ ਕਹੀ ਕਿ ਤੁਸੀਂ ਛੇਤੀ ਨਿਕਲ ਜਾਓ, ਤੁਹਾਡੇ ਉੱਤੇ ਹਮਲਾ ਕਰ ਦੇਣਾ, ਮੁਹੱਬਤ ਤੁਹਾਡੀ ਇੰਨੀ ਸੀ ਪਿੰਡ ਦੇ ਵਿੱਚ, ਫਿਰ ਹਮਲਾ ਕਿਹਨੇ ਕਰਨਾ ਸੀ? ਹਮਲਾ ਲਾਮ ਲੋਕ ਬੈਠੇ ਸੀ ਜਿਹੜੇ ਪਾਸੇ ਤੋਂ ਆਏ ਸੀ ਨਾ, ਅੱਗੇ ਅਗਲੇ ਜ਼ਿਲ੍ਹੇ 'ਚੋਂ ਜਿੱਥੇ ਮੁਸਲਮਾਨ ਹੱਲਾ ਕਰਦੇ ਜ਼ਿਮੀਦਾਰ, ਉਹ ਵੀ ਤੰਗੀ ਦੇ ਮਾਰੇ ਮੁਸਲਮਾਨ ਆਣ ਕੇ ਇੱਥੇ ਬੈਠੇ, ਥਾਣੇ ਬੈਠੇ। ਥਾਣੇਦਾਰ ਨੇ ਆਖਿਆ ਵੀ ਤੁਸੀਂ ਉਹ ਪਿੰਡ 'ਚ ਨਾ ਜਾਓ, ਉਹ ਪਿੰਡ 'ਚ ਜਾਓਗੇ ਤਾਂ ਮੇਰੀ ਜ਼ਿੰਮੇਵਾਰੀ ਆ, ਅਤੇ ਮੈਂ ਨੁਕਸਾਨ ਹੋਇਆ ਤਾਂ ਮੈਂ ਤੁਹਾਡਾ ਪਹੁੰਚਾਵਾਂਗਾ, ਅਤੇ ਮੈਂ ਨਹੀਂ ਤੁਹਾਡਾ ਬਰਦਾਸ਼ਤ ਕਰ ਸਕਦਾ। ਫਿਰ ਉਹਨੇ ਸਾਨੂੰ ਆਖਿਆ ਵੀ ਕੋਈ ਫਿਕਰ ਨਾ ਕਰੋ। ਜਦੋਂ ਮੁੜ ਕੇ ਮਜਬੂਰੀ ਹੋ ਗਈ ਫਿਰ ਉਹਨੇ ਸਾਨੂੰ ਆਖਿਆ ਵੀ ਅੱਜ 4 ਵਜੇ ਤੁਸੀਂ ਨਿਕਲ ਜਾਓ, ਮੇਰੇ ਵੱਸ ਦੀ ਗੱਲ ਨਹੀਂ। ਸਾਡੇ ਬੂਹੇ ਅੱਗੇ ਰੋਡ ਸੀ, ਬੜੀ ਖੁੱਲ੍ਹਾ ਮੈਦਾਨ ਸੀ, ਉਹ ਜਿਹੜੇ ਉੱਚੇ ਪਾਸੇ ਦੇ ਸਾਡੇ ਲੋਕ ਪਾਸੇ ਦੂਜੇ ਪਿੰਡ ਦੇ, ਉਹਨੇ ਆਣ ਕੇ ਪੱਲਾ ਫੇਰਿਆ ਵੀ ਨਿਕਲ ਜਾਓ, ਉਸ ਵੇਲੇ ਫਿਰ ਨਿਕਲ ਆਏ। ਅਤੇ ਬਾਪੂ ਜੀ, ਪਰਿਵਾਰ ਦੇ ਤੁਸੀਂ ਕਿੰਨੇ ਮੈਂਬਰ ਜਾਂ ਪਿੰਡ ਦੇ ਕਿੰਨੇ ਕੁ ਲੋਕ ਆ ਜਿਹੜੇ ਉਹ ਫਿਰ ਆਪਣੇ ਘਰ ਬਾਰ ਨੂੰ ਛੱਡ ਕੇ ਉੱਧਰੋਂ ਇੱਧਰਲੇ ਪਾਸੇ ਆਏ? ਉਹ ਜੀ, ਪਿੰਡ ਤਾਂ ਫਿਰ ਤੁਹਾਨੂੰ ਪਤਾ ਹੀ ਆ ਵੀ ਪਿੰਡ ਦੇ ਲੋਕ ਤਾਂ ਬਥੇਰੇ ਹੁੰਦੇ ਆ, ਉਦੋਂ ਸਾਡੀ ਅਣਜਾਣ ਉਮਰ ਸੀ, ਇੰਨੀ ਗਿਣਤੀ ਵੀ ਨਹੀਂ ਰੱਖ ਸਕਦੇ। ਅਤੇ ਬਾਕੀ ਟੱਬਰ ਦੇ ਕਿੰਨੇ ਜੀ ਸੀ? ਟੱਬਰ ਦੇ ਜੀ ਤਾਂ 5-5, 6-6 ਜੀ ਤਾਂ ਹੈਗੇ ਹੀ ਸੀ ਸਾਰੇ, ਉਸ ਤਰ੍ਹਾਂ ਟੱਬਰ ਦੇ ਜੀ ਜੇ ਗਿਣੀਏ ਤਾਂ 4 ਭਰਾ ਸੀ ਸਾਡੇ ਪਿਓ ਜਿਹੜੇ ਬਾਪ,
ਅਤੇ ਉਹਨਾਂ ਦੇ ਦੋ ਦੋ ਚਾਰ ਚਾਰ ਜੀਪ ਇਕੱਠੇ ਕਰੋ ਤਾਂ ਫਿਰ ਹੋ ਹੀ ਜਾਂਦੇ, 40-50 ਜੀਪ ਬਣ ਜਾਂਦੇ। ਜਦੋਂ ਆਪਾਂ ਨੂੰ ਪਤਾ ਹੁੰਦਾ ਕਿ ਹੁਣ ਸਾਨੂੰ ਘਰ ਬਾਰ ਛੱਡਣਾ ਪੈ ਰਿਹਾ, ਭਾਵੇਂ ਕੋਈ ਦਿਨਾਂ ਲਈ ਹੋਵੇ ਭਾਵੇਂ ਪੱਕੇ ਤੌਰ ਦੇ ਉੱਤੇ ਹੋਵੇ, ਸਾਡੇ ਜਿਹੜੀ ਜਿਹੜੀ ਚੀਜ਼ ਰੋਜ਼ਮਰਾ ਦੀ ਵਰਤੋਂ ਵਾਲੀ ਹੁੰਦੀ ਆ ਅਸੀਂ ਉਹਨੂੰ ਨਾਲ ਲੈ ਤੁਰਦੇ ਹਾਂ ਕਿ ਆਹ ਆਹ ਚੀਜ਼ ਬਿਨਾਂ ਸਾਡਾ ਸਰਨਾ ਨਹੀਂ, ਅਸੀਂ ਜਿੱਥੇ ਵੀ ਜਾਣਾ। ਤੁਹਾਨੂੰ ਇਹ ਨਹੀਂ ਪਤਾ ਸੀ ਕਿ ਅਗਲਾ ਟਿਕਾਣਾ ਕਿੱਥੇ ਹੋਊਗਾ, ਕਿੱਥੇ ਤੁਹਾਡਾ ਵਸੇਬਾ ਹੋਣਾ, ਕਿੱਥੇ ਤੁਹਾਨੂੰ ਡੇਰਾ ਲਾਉਣਾ ਪੈਣਾ, ਕਿਹੜਾ ਕਿਹੜਾ ਸਮਾਨ ਆਪਣਾ ਉਸ ਘਰ ਦੇ ਵਿੱਚੋਂ ਚੱਕਿਆ ਤੁਸੀਂ? ਕੁਝ ਵੀ ਸਮਾਨ ਨਹੀਂ ਜੀ, ਅਸੀਂ ਤਾਂ ਇੱਕ ਬੋਰੀਆਂ 'ਚ ਖੇਤ 'ਚ ਪਾਏ ਸੀ, ਉਹ ਚੁੱਕੀ ਉਸ ਵੇਲੇ ਜੀ ਭਿਆਣਿਆਂ ਨੇ, ਹੋਰ ਤਾਂ ਕੋਈ ਚੀਜ਼ ਹੀ ਨਹੀਂ ਫੜੀ ਗਈ ਸਾਥੋਂ। ਉਹ ਖੇਸ ਦੋ ਤਿੰਨ ਫੜੇ, ਉਹ ਬੋਰੀ 'ਚ ਪਾਏ ਅਤੇ ਉਹ ਘੋੜੀ ਸਾਡੇ ਕੋਲ ਨਿੱਕੀ ਜੀ ਉਹਦੇ 'ਤੇ ਲੱਦ ਕੇ ਲਏ, ਹੋਰ ਨਾ ਕੋਈ ਚੀਜ਼ ਹੀ ਨਹੀਂ ਫੜੀ ਕੋਈ। ਅਤੇ ਅਸੀਂ ਜਿੰਨਾ ਕੁਝ ਅੱਜ ਤੱਕ ਕਿਤਾਬਾਂ ਦੇ ਵਿੱਚ ਪੜ੍ਹਿਆ, ਫਿਲਮਾਂ 'ਚ ਦੇਖਿਆ, ਉਹ ਇਹ ਆ ਕਿ ਜਦੋਂ ਸਫ਼ਰ ਕਰਦੇ ਸੀ, ਪਿੰਡਾਂ ਤੈਅ ਕਰਦੇ ਸੀ, ਆਪਣਾ ਘਰ ਬਾਰ ਛੱਡ ਕੇ ਇੱਕ ਦੂਜੇ ਦੇ ਉੱਤੇ ਹਮਲੇ ਹੋ ਜਾਂਦੇ ਸੀ, ਕਾਫਲਿਆਂ ਦੇ ਕਾਫਲੇ ਲੁੱਟੇ ਜਾਂਦੇ ਸੀ, ਕਤਲੇਆਮ ਦੀਆਂ ਖਬਰਾਂ ਆਮ ਆਉਂਦੀਆਂ ਸੀ ਉਦੋਂ, ਤੁਹਾਡੇ ਨਾਲ ਵੀ ਕੋਈ ਇਹੋ ਜਿਹੀ ਘਟਨਾ ਵਾਪਰੀ ਜਾਂ ਤੁਸੀਂ ਆਪਣੇ ਕੁਝ ਅੱਖੀਂ ਦੇਖਿਆ ਇਹੋ ਜਿਹਾ? ਨਹੀਂ ਜੀ, ਸਾਡੇ ਕੋਲ ਤਾਂ ਕੋਈ ਸਾਡਾ ਅਸੀਂ ਅਮਨ ਚ ਨਹੀਂ ਰਹੇ ਹਾਂ, ਸਾਡੇ 'ਤੇ ਮਾਲਕ ਦੀ ਕਿਰਪਾ ਹੀ ਰਹੀ ਹੈ, ਅਸੀਂ ਤਾਂ ਕੋਈ ਨਹੀਂ ਦੇਖਿਆ। ਇਵੇਂ ਤੁਹਾਨੂੰ ਝੂਠ ਮਾਰੀਏ, ਕੋਈ ਗੱਲ ਨਹੀਂ ਸਾਡੇ ਨਾਲ ਹੋਈ। ਬਾਅਦ ਦੇ ਵਿੱਚ ਤੁਹਾਨੂੰ ਖਬਰਾਂ ਮਿਲੀਆਂ ਹੋਣ ਕਿ ਤੁਹਾਡੇ ਪਿੰਡ ਦੇ ਵਿੱਚ ਤਾਂ ਇਹੋ ਜਿਹੀਆਂ ਘਟਨਾਵਾਂ ਵਾਪਰੀਆਂ ਜਾਂ ਤੁਹਾਨੂੰ ਆਲੇ ਦੁਆਲੇ? ਪਿੰਡ ਦੇ ਲੋਕ ਤਾਂ ਦੱਸਦੇ ਹੀ ਵੀ ਮਗਰੋਂ ਆਣ ਕੇ ਫਿਰ ਹੱਲਾ ਹੋ ਗਿਆ, ਫਿਰ ਉੱਦਣ ਰਾਤ ਜਿੱਦਣ ਰਾਤ ਫਿਰ ਪਿੰਡ ਦੇ ਲੁੱਟ ਲੱਟ ਲਏ, ਮਗਰੋਂ ਲੁੱਟ ਲਿਆ ਮਾਲ ਲੋਕਾਂ ਦਾ, ਜਿਹੜਾ ਘਰ ਬੂਹਾ ਲੁੱਟ ਕੇ ਲੈ ਗਏ, ਅਤੇ ਹੋਰ ਸਾਡੇ ਨਾਲ ਨਹੀਂ ਕੋਈ ਗੱਲ ਹੋਈ। ਇੱਥੇ ਫਿਰ ਜਦੋਂ ਤੁਸੀਂ ਇੱਧਰਲੇ ਪਾਸੇ ਆਏ ਤਾਂ ਮੈਂ ਮਹਿਸੂਸ ਕਰ ਸਕਦਾ ਕਿ ਤੁਹਾਨੂੰ ਬੜੀ ਮਿਹਨਤ ਕਰਨੀ ਪਈ ਹੋਏਗੀ, ਤੁਹਾਡੇ ਮਾਪਿਆਂ ਨੂੰ ਬੜੀ ਮਿਹਨਤ ਕਰਨੀ ਪਈ ਹੋਊਗੀ, ਤੁਸੀਂ ਤਾਂ ਉਦੋਂ ਜਵਾਨੀ ਦੇ ਵਿੱਚ ਸੀਗੇ। ਸਭ ਤੋਂ ਪਹਿਲਾਂ ਇੱਧਰਲੇ ਪਾਸੇ ਆ ਕੇ ਕਿੱਥੇ ਡੇਰਾ ਲਾਇਆ? ਸਭ ਤੋਂ ਪਹਿਲਾਂ ਅਸੀਂ ਡੇਰਾ ਉੱਥੇ ਲਾਇਆ ਰਾਜਤਾਲ, ਰਾਤ ਜਿਹੜੇ ਕੱਟੀ ਹੈ। ਅਗਲੇ ਦਿਨ ਅਸੀਂ ਪਰੇ ਲਾਗੇ ਬੁਰਜਿਆ ਪਿੰਡ ਰਾਜਤਾਲ ਤੋਂ, ਉਦੋਂ ਮੀਂਹ ਪੈਣ ਲੱਗ ਪਿਆ ਅਤੇ ਅਸੀਂ ਰਾਜਤਾਲ ਨੂੰ ਤਲੇ ਗਏ। ਉੱਧਰ ਤੁਰੇ ਤੁਰੇ ਜਾਂਦੇ ਅਸੀਂ ਬੁਰਜ ਅੱਪੜੇ, ਬੁਰਜ ਦੇ ਲੋਕ ਅੱਗੇ ਬੈਠੇ ਸੀ ਉੱਥੇ, ਉੱਥੋਂ ਮੁਸਲਮਾਨ ਉੱਠ ਕੇ ਗਏ ਸੀ ਅਤੇ ਉਹਨਾਂ ਸਾਨੂੰ ਆਖਿਆ ਵੀ ਤੁਸੀਂ ਸਾਡੀ ਰਿਸ਼ਤੇਦਾਰੀ ਸੀ ਨਸ਼ਹਿਰੇ, ਉਹਨਾਂ ਆਖਿਆ ਵੀ ਇਹ ਕੋਹਰੀਆਂ ਦੇ ਲੋਕ ਜਾਣ ਡਏ ਨੇ, ਸਾਡੀ ਰਿਸ਼ਤੇਦਾਰੀ ਆ ਅਤੇ ਇਹਨਾਂ ਨੂੰ ਡੱਕੋ, ਆਪਾਂ ਭਰੇ ਘਰ ਨੇ ਮੁਸਲਮਾਨਾਂ ਦੇ, ਇਹ ਇਹਨਾਂ ਨੂੰ ਦੇ ਦਈਏ, ਇਹ ਬੈਠੇ ਖਾਣਗੇ। ਅਸੀਂ ਫਿਰ ਉੱਥੇ ਬਹਿ ਗਏ, ਅਸੀਂ ਉੱਥੇ 3 ਮਹੀਨੇ ਰਹੇ ਉੱਥੇ ਭਾਦਰੋਂ 'ਚ ਬੈਠੇ ਆ, ਅੱਜ ਭਾਦਰੋਂ ਦੀ 2 ਨੂੰ ਨਿਕਲੇ ਅਸੀਂ, ਦੋ ਦਿਨ ਮਹੀਨਾ ਗਿਆ ਅਤੇ ਅਸੀਂ ਭਾਦਰੋਂ ਇੱਥੋਂ ਨਿਕਲੇ ਅਤੇ ਮੁੜ ਕੇ ਅਸੀਂ ਬੁਰਜ ਰਹੇ ਹਾਂ ਕੱਤੇ 'ਚ, ਫਿਰ ਅਸੀਂ ਇੱਧਰ ਨੂੰ ਬੂਹੇ ਨੰਗਲੀ, ਸਾਡੇ ਲੋਕ ਆ ਕਿਤੇ ਇੱਥੇ ਬੈਠੇ ਸੀ, ਅਸੀਂ ਫਿਰ ਇੱਥੇ ਬੂਹੇ ਨੰਗਲੀ ਨੂੰ ਆ ਗਏ, ਅਦਲੀ ਵਾਲੇ ਆਣ ਕੇ ਇੱਥੇ ਫਿਰ ਬਹਿ ਗਏ, ਇੱਥੇ ਫਿਰ ਅਸੀਂ ਆਣ ਕੇ ਫਿਰ ਇੱਥੇ ਬਹਿ ਗਏ, ਇੱਥੇ ਫਿਰ ਅਸੀਂ ਵਾਹਵਾ 2-3 ਮਹੀਨੇ ਰਹੇ, ਫਿਰ ਮੁੜ ਕੇ ਇੱਥੋਂ ਫਿਰ ਅਸੀਂ ਉਹਦੇ 'ਤੇ ਸਾਡੀ ਗੜਬੜ ਹੋ ਗਈ ਥੋੜ੍ਹੀ ਜਿਹੀ, ਉਹ ਅਸੀਂ ਉੱਥੋਂ ਰਾਜਸਥਾਨ 'ਚ ਚਲੇ ਗਏ, ਰਾਜਸਥਾਨ 'ਚ ਮਹੀਨਾ ਇੱਕ ਰਹੇ, ਪੋਹ ਦਾ ਮਹੀਨਾ, ਪੋਹ ਦੇ ਮਹੀਨੇ 'ਚ ਰਹੇ ਅਤੇ ਮੁੜ ਕੇ ਅਸੀਂ ਰਾਜਸਥਾਨੋਂ ਜਿਉਂ ਤੁਰੇ ਹਾਂ ਅਸੀਂ ਪਟਿਆਲੇ ਨੂੰ ਚਲੇ ਗਏ, ਪਟਿਆਲੇ ਅਸੀਂ ਰਹੇ, ਸਿਆਲ ਦੇ ਵਿੱਚ ਹੀ ਇਹਦੇ ਰਾਜ ਪਿੰਡਾ ਤੈਅ ਕਰਦੇ ਗਏ ਅਤੇ ਫਿਰ ਅਸੀਂ ਉੱਥੇ ਅੱਪੜੇ, ਉੱਥੇ ਅੱਪੜਨ ਕਰਕੇ ਅਤੇ ਅਸੀਂ ਉਸ ਫਿਰ ਅਸੀਂ ਵਾਹਵਾ ਚਿਰ ਫਿਰ ਉੱਥੇ ਮੁੜ ਕੇ ਅਸੀਂ ਉੱਥੇ 6-7 ਮਹੀਨੇ ਰਹੇ, ਹਾਲ ਜੇਠ 'ਚ ਫਿਰ ਉੱਥੋਂ ਨਿਕਲਾਏ, ਫਿਰ ਅਸੀਂ ਵਾਪਸ ਆ ਗਏ ਇੱਧਰ ਨੂੰ, ਫਿਰ ਅਸੀਂ ਇੱਧਰ ਫਿਰ ਅਸੀਂ ਬੂਹੇ ਨੰਗਲੀ ਆ ਗਏ ਵੀ ਇੱਧਰ ਨੂੰ ਰਾਜ ਅਗਲੀ ਵਾਲੇ ਨੂੰ, ਫਿਰ ਉਦੋਂ ਦੇ ਇੱਥੇ ਹੀ ਬੈਠੇ ਰਹੇ। ਜਿਵੇਂ ਤੁਸੀਂ ਦੱਸਿਆ ਕਿ ਵੱਖ ਵੱਖ ਥਾਵਾਂ ਦੇ ਉੱਤੇ ਤੁਹਾਨੂੰ ਜਾਣਾ ਪਿਆ ਮਜਬੂਰੀ ਦੇ ਵਿੱਚ, ਭਟਕਣ ਦੇ ਵਿੱਚ, ਕਿਉਂਕਿ ਕੋਈ ਟਿਕਾਣਾ ਨਹੀਂ ਸੀ ਪੱਕੇ ਤੌਰ ਦੇ ਉੱਤੇ। ਮੈਂ ਤੁਹਾਡੀ ਮਿਹਨਤ ਨੂੰ ਸਲਾਮ ਕਰਦਾ, ਤੁਹਾਡੇ ਜਿੰਨੇ ਪਰਿਵਾਰਕ ਜੀਆਂ ਨੇ ਮਿਹਨਤ ਕੀਤੀ ਉਹਨੂੰ ਸਲਾਮ ਕਰਦਾ। ਜਦੋਂ ਤੁਸੀਂ ਇੱਥੇ ਆ ਕੇ ਵਸੇ ਹੋ, ਤੁਹਾਡੀ ਪਾਕਿਸਤਾਨ ਵਾਲੇ ਪਾਸੇ ਕੋਰੀਆਂ ਪਿੰਡ ਦੇ ਵੱਲ ਜੱਦੀ ਜ਼ਮੀਨ ਵੀ ਹੋਊਗੀ, ਕੀ ਤੁਹਾਨੂੰ ਓਨੀ ਜ਼ਮੀਨ ਇੱਧਰ ਸਰਕਾਰ ਦੇ ਵੱਲੋਂ ਅਲਾਟ ਕੀਤੀ ਗਈ ਜਾਂ ਘੱਟ ਵੱਧ? ਨਹੀਂ ਜੀ, ਜ਼ਮੀਨ ਤਾਂ ਸਾਡੀ ਬੜੀ ਸੀ ਉੱਧਰ, ਉੱਧਰ ਅਸੀਂ ਸਾਡੇ ਜਿਹੜੇ ਬਾਪ ਸੀ ਨਾ, ਸਾਡਾ ਜਿਹੜਾ ਟੱਬਰ ਸੀ, ਉਹ ਸਾਡੀਆਂ ਢੇਰੀਆਂ ਸੀ ਅਤੇ 300-100 ਵਿਘੇ ਦੀ ਢੇਰੀ ਸੀ ਅਤੇ ਸਾਨੂੰ ਇੱਥੇ ਸਾਰੀ ਵਿਘਾ ਵਿਘਾ ਵੀ ਨਹੀਂ ਆਈ ਅਤੇ ਬਹੁਤ ਥੋੜ੍ਹੀ ਆਈ ਜ਼ਮੀਨ,
ते साड़ी सुनी सुनाई कोई नहीं हुई। कहीं वो काट कटी गई, कई साढ़े मकान पक्के सी तो कई मकाना के पैसे मिल गए, सानू वो भी नहीं मिले, सानू क्लेम नहीं मिलया। अहीं फिर इतने कच्चे कोठे पाए, कच्चिया ही आप कंधा कीतियाँ, आप इत मेहनत करके तो सारा पिंड वसाया। अहीं आपो बजदी रसूख नाल ही, अहीं रात आपो बजदी एक दूजे के नाल काम करना, तो आप कच्चे कोठे पा पू के मेहनत करके सदी। बापू जी, हुण तुसीं इत्थे वसदे हो, अपने भरे पूरे परिवार के नाल खुशी वाली जिंदगी बसर करते हो डेरे दे विच, पर मेरे मन दे विच ये सवाल जरूर उठता कि तुसीं अपने दोस्तों मित्रां नूं बड़िआं नूं छड्ड के आए होवोगे कोरियां पिंड दे विच, की कदे उन्हां नूं दुबारा मिलण दा मौका मिलिया, की वंड होण तों बाद कदे तुसीं पाकिस्तान गए जां नहीं? पाकिस्तान अहीं पिछले महीने गए जसे नाल गए, तो उधर साडा सलाह तो बनी नहीं भी पिंड जाइए, पर सानूं मौका नहीं मिलिया उस वेले, उधर गड़बड़ बड़ी सी, दसदे ही धमाका होया बंब धमाका जिहा, ते उस वेले सानूं मिलटरी वाले भी आंदे भी नहीं उधर बार्डर ते तुहाडा पिंड उधर तकलीफ आ, नहीं जाने जिम्मेवारी ज्यादा आ, ते अहीं फिर उधर गए नहीं। जिहड़े तुहाडे पिंड दे वासी आ कोरियां दे, जां तुहाडे उत्थे खेडण कुद्दण वाले मित्र सी जिहड़े, जां पढ़ाई लिखाई वाले मित्र, उन्होंने विचों कदे किसी दे नाल मुलाकात हुई बाद दे विच कि नहीं? नहीं जी, साड़ी नहीं मुलाकात हुई। उन साडे पिंड दा मुंडा एक हैगा, वह जांदा आउंदा, वह दसदा मैं सारिआं नूं मिलिआ, ते साड़ी जिहड़ी जमीन आ सगों एक मुसलमान आ उह वाहुंदा, वह पहलों ही वाही करदा हुंदा, हुण वी उह साड़ी पैली बार्डर ते आ ते उह वाहुंदा, उहने दस्सिआ सानूं वी उह वाहुंदा, तुहाडी जमीन उहदे थल्ले आ। मन करदा अपने दोस्तां मित्रां नूं अपने घर नूं देखण दा जने? बड़ा जी, अहीं ते बड़ा चारा कीता है वी वेखीए, पर नहीं साथों जाया नहीं गया। तुसीं सारा कुछ वंडदा अपने पिंडे दे उत्ते हंडाया भी है, बहुता कुछ तुहानूं अज चेते भी है, जो जो कुछ तुहाडे मन दे उत्ते बीतिया। समां बीत गया, दहाके बीत गए आ, 70 साल हो गया आज़ादी आई नूं, अज जेकर तुसीं संखेप दे विच उस वेले दी गल करनी होवे तां की कहना चाहोगे वंडदा आम लोकाई दे उत्ते, जो आर्थिक तौर दे उत्ते परिवारक तौर दे उत्ते असर पिया, वह तो है ही, जो ये फैसले ने ये आम लोगों को किवें झंझोड़दे आ? जी फैसले ने तो बड़ा सानू झंझोल छड के रोल ही छड्या, फैसला सानू मिलिया ही नहीं कोई कख, जदों मिलिया ही नहीं तो फिर फैसला कहदा होया, तो फैसला कहदा होना भी जदों जदों मिलिया ही कख नहीं गा। बापू जी, असीं तुहाडी तंदुरुस्ती दी, तुहाडी चंगी जिंदगी दी होर कामना करदे हां, तुसीं वक्त कढ़िया, तुहाडे बहुत बहुत धन्नवादी। हाँ दोस्तों, ये सन बापू स्वर्ण सिंह होरी, जिन्हां ने जिन्ना को कुछ चेते है वो साडे नाल सांझा कीता, पर मैं इन्हां दीआं गल्लां दे विच्चों एक दो गल्लां हमेशा चेते भी रखांगा, तो मैनूं वह चंगा भी लगियां कि सारे लोग एक दूजे दे वैरी भी नहीं सन, जिस तरीके दे नाल इन्हां दे परिवार दी कुछ क मुस्लिम भाईचारे दे लोकां ने मदद की है, तो ये इत्थे आउण दे विच सफल होए, इन्होंने कोई भी वढ टुक दी कतलेआम दी कोई गुंडागर्दी दी इहो जी गल आ जिहड़ी वह नहीं देखी जां अपने पिंडे दे उत्ते नहीं हंडाई, मैनूं इस गल दी तसल्ली होई है, तो उस तों भी वध तसल्ली इस गल दी है कि उत्थों कुछ नहीं लैके आए तो इत्थे आ के सारा कुछ बना लिया। इहो जे पंजाबियां दे सिरड़ नूं मैं सलाम करदा निजी तौर दे उत्ते भी, उम्मीद है तुहानूं अज इहनां दे नाल कीती गई गलबात आ जिहड़ी वह पसंद आई होएगी। इन्हां ने जिस तरीके नाल जिंदा दिली दीआं गल्लां कीतीआं ने, पर सरकारां दे उत्ते इन्हां नूं रंज भी है कि उत्थे 100 बीघा जमीन सी ते इत्थे कख भी नहीं मिलिया जां बहुत घट कुछ मिलिया। अगले हफ्ते दर्द 47 दा प्रोग्राम दे तहत किसी होर बजुर्ग दे नाल गलबात करांगे, उदों तक लई आग्या दिओ, तुहाडी बहुत बहुत मेहरबानी।